ਨਾ ਕੋਈ ਪੱਕੀ ਰੈਜ਼ੀਡੈਂਸ ਬਣੀ 24/7 ਆ ਦੇਖ ਫਰਾਰ ਕੁੜੇ ਤੇਰੀ। ਸੋ ਹੇ ਗਾਇਸ, ਕੀ ਹਾਲ ਚਾਲ, ਸਭ ਤੋਂ ਸਾਰੇ ਵਧੀਆ ਹੋਵੋਗੇ। ਸਪਲੈਂਡਰ ਲਵ, ਅਖਿਲ ਬਾਈਕਰ, ਗੋਵਿੰਦ ਪ੍ਰਜਾਪਤੀ, ਪੰਜਾਬੀ ਸੌਂਗ 2024, ਮਿਊਜ਼ਿਕ ਸਵਪਨਿਲ ਦੇਖਾ, ਸਵਪਨਾ ਨਿਲ, ਓਕੇ ਦੇਖਾ, DOP SK ਗੌਤਮ, ਡਾਇਰੈਕਟਰ TKRYM, ਐਡੀਟਰ SK ਗੌਤਮ, ਥੰਬਨੇਲ ਵਿੱਕੀ, ਸਿੰਗਲ ਇਸ ਕੰਪੋਜ਼ਰ ਗੋਵਿੰਦ ਪ੍ਰਜਾਪਤੀ ਬਾਈ, ਸਟਾਰਿੰਗ ਅਖਿਲ ਬਾਈਕਰ, ਜੈਸਮਿਨ ਐਂਡ ਗੋਵਿੰਦ ਪ੍ਰਜਾਪਤੀ। ਲੈਟਸ ਚੈੱਕ ਕਰਦੇ ਕੀ ਸਕਦਾ ਵਾ। ਆਈ ਐਮ ਡਿਸਕਵਰਿੰਗ ਇਸ ਫਸਟ ਟਾਈਮ, ਠੀਕ ਹੈ। ਇਹ ਲਾਈਕ ਬਾਈ ਨੇ ਇੱਦਾਂ ਮਤਲਬ ਆਪਣੀ ਗੱਲਬਾਤ ਹੋਈ ਸੀਗੀ ਅਤੇ ਉੱਥੇ ਫਿਰ ਮੈਂ ਕਿਹਾ ਚਲੋ ਸੁਣਦੇ ਆ ਬਾਈ ਘੈਂਟ ਚੀਜ਼। ਓਕੇ, ਕਾਇੰਡ ਆਫ ਕਹਿ ਸਕਦੇ ਕਿ ਲਾਈਕ ਦੇ ਆਰ ਨਿਊ ਇਨ ਇਨ ਇੰਡਸਟਰੀ, ਅਤੇ ਆਪਾਂ ਉਸ ਹਿਸਾਬ ਨਾਲ ਆਪਾਂ ਇਹਨਾਂ ਨੂੰ ਜੱਜ ਕਰਨਾ, ਲਾਈਕ ਆਪਾਂ ਇਹਨਾਂ ਨੂੰ ਇਹ ਨਹੀਂ ਸਮਝਾਂਗੇ ਸਿੱਧਾ ਹੀ ਕਿ ਆਪਾਂ ਵੱਡੇ ਆਰਟਿਸਟਾਂ ਨਾਲ ਕੰਪੇਅਰ ਕਰ ਦਈਏ। ਸਪਲੈਂਡਰ ਤੇ ਵਿੱਚ ਜਿੰਦ ਮੇਰੀ ਏ, ਤੈਨੂੰ ਰਾਹਤਾਂ ਨੂੰ ਰੋਜ਼ ਘੁਮਾਵਾ, ਕਿੱਥੇ ਦੂਰ ਨਾਲ ਮੇਰੇ ਚੱਲੀਏ, ਤੈਨੂੰ ਅੰਬਰਾਂ ਤੋਂ ਲੈ ਕੇ ਜਾਵਾ। ਮੈਂ ਗੱਲ ਕਹਿਣਾ ਚਾਹੂੰਗਾ ਕਿ ਬ੍ਰੋ, ਇਫ ਯੂ ਗਾਟ ਅ ਗਰਲ ਕਿ ਜਿਹੜੀ ਤੇਰੇ ਨਾਲ ਬਾਈਕ 'ਤੇ ਵੀ ਬਹੁਤ ਖੁਸ਼ ਹੈ, ਯੂ ਵਾਂਟ ਦ ਵਰਲਡ, ਠੀਕ ਹੈ, ਉਹਨੂੰ ਕਦੀ ਨਾ ਛੱਡੀ, ਕੋਈ ਗਲਤ ਨਾ ਕਰੀ ਉਹਦੇ ਨਾਲ, ਉਹਨੂੰ ਖੁਸ਼ ਰੱਖੀ, ਬਸ ਇਹੀ ਗੱਲ ਕਹੂੰਗਾ। ਅੱਜ ਕੱਲ੍ਹ ਜ਼ਮਾਨਾ ਬਹੁਤ ਭੈੜਾ। ਸਪਲੈਂਡਰ ਦੇ ਵਿੱਚ ਜਿੰਦ ਮੇਰੀ ਦੂਰ ਨਾਲ ਮੇਰੇ ਚੱਲੀਏ, ਤੈਨੂੰ ਅੰਬਰਾਂ ਤੋਂ ਲੈ ਕੇ ਜਾਵਾ। ਤੇਰੇ ਨਾਲ ਹੀ ਰੋਣਾ ਸੀ, ਤੇਰੇ ਨਾਲ ਹੀ ਅਬ ਹੱਸਣਾ, ਸਪਲੈਂਡਰ ਨੂੰ ਲੈ ਕੇ ਸਜਣਾ, ਤੇਰੀ ਰਾਹ ਤੱਕ ਤਾਰਵਾ ਸਜਣਾ, ਉਸ ਦੂਰ ਕਦੇ ਰਹਿਣਾ ਨਾ, ਮੁਝ ਕੋ ਗਵਾ ਸਜਣਾ। ਬਾਈ ਮੁੰਡੇ ਦੀ ਵੋਕਲ ਬਹੁਤ ਪਿਆਰੀ ਹੈ, ਲਾਈਕ ਪਰਸਨਲੀ ਆਈ ਡਿਡਨਟ ਐਕਸਪੈਕਟਡ ਦੈਟ ਗੁੱਡ ਵੋਕਲ, ਵਾਕਈ ਯਾਰ ਸੋਫਟ ਵੋਕਲ ਹੈ, ਬਹੁਤ ਪਿਆਰਾ ਰੋਮੈਂਟਿਕ ਗਾਣਾ ਕੱਢਿਆ ਅਤੇ ਮਿਊਜ਼ਿਕ ਵੀ ਬਹੁਤ ਸੋਫਟ ਰੱਖਿਆ, ਕੁਛ ਵੀ ਚੀਜ਼ ਇੱਦਾਂ ਦੀ ਰੱਖੀ ਜਿਹੜੀ ਕੰਨ ਖਾਵੇ, ਬਹੁਤ ਹੀ ਪਿਆਰੇ ਤਰੀਕੇ ਨਾਲ ਕੰਮ ਕੀਤਾ। ਸਪਲੈਂਡਰ ਨੂੰ ਲੈ ਕੇ ਸਜਣਾ, ਤੇਰੀ ਰਾਹ ਤੱਕ ਤਾਰਵਾ ਸਜਣਾ, ਉਸ ਦੂਰ ਕਦੇ ਵੀ ਰਹਿਣਾ ਨਾ, ਮੁਝ ਕੋ ਗਵਾ ਸਜਣਾ। ਸਪਲੈਂਡਰ ਉੱਪਰ ਬੈਠ, ਦੋਨੋਂ ਸਾਥ ਚੱਲਾਂਗੇ, ਗੱਡੀ ਰੋਕ ਹਾਈਵੇ ਵਿੱਚ ਬਾਤ ਕਰਾਂਗੇ, ਸਪਲੈਂਡਰ ਉੱਪਰ ਬੈਠ, ਦੋਨੋਂ ਸਾਥ ਚੱਲਾਂਗੇ, ਗੱਡੀ ਰੋਕ ਹਾਈਵੇ ਵਿੱਚ ਬਾਤ ਕਰਾਂਗੇ, ਥੋੜੀ ਦੂਰ ਤੂੰ ਚਲਾ ਸਜਣਾ, ਥੋੜੀ ਦੂਰ ਮੈਂ ਚਲਾ ਸਜਣਾ, ਥੋੜੀ ਦੂਰ ਤੂੰ ਚਲਾ ਸਜਣਾ, ਥੋੜੀ ਦੂਰ ਮੈਂ ਚਲਾ ਸਜਣਾ, ਤੁਸ ਦੂਰ ਕਦੇ ਵੀ ਰਹਿਣਾ ਨਾ, ਮੁਝ ਕੋ ਗਵਾ ਸਜਣਾ। ਸਪਲੈਂਡਰ ਨੂੰ ਲੈ ਕੇ ਸਜਣਾ, ਤੇਰੀ ਰਾਹ ਤੱਕ ਤਾਰਵਾ ਸਜਣਾ, ਉਹ ਤੁਸ ਦੂਰ ਕਦੇ ਵੀ ਰਹਿਣਾ ਨਾ, ਮੁਝ ਕੋ ਗਵਾ ਸਜਣਾ। ਬਾਈ ਮੁੰਡੇ ਦੀ ਵੋਕਲ ਬਹੁਤ ਪਿਆਰੀ ਹੈ, ਸੀਰੀਅਸਲੀ ਬਹੁਤ ਪਿਆਰੀ ਵੋਕਲ ਹੈ, ਠੀਕ ਹੈ, ਨਾਲੇ ਐਕਟ ਸੋਹਣਾ ਕੀਤਾ ਅਖਿਲ ਹੋਰਾਂ ਨੇ, ਹੈ ਨਾ।
ਟਰੈਕ ਇਜ਼ ਬੇਸਡ ਔਨ ਲਾਈਕ ਲਵ ਐਂਡ ਸਪਲੈਂਡਰ, ਲਾਈਕ ਸਪਲੈਂਡਰ ਜਿਵੇਂ ਚੀਜ਼ਾਂ ਨੇ ਇੱਕ ਕਈ ਬਈ ਬਹੁਤ ਐਸੀ ਇੰਡੀਆ ਦੇ ਵਿੱਚ ਐਸੀ ਕਮਿਊਨਿਟੀ ਹੈ ਜਿਨ੍ਹਾਂ ਨੂੰ ਸਪਲੈਂਡਰ ਬਹੁਤ ਪਸੰਦ ਆ, ਠੀਕ ਹੈ ਬਈ ਉਹ ਬਾਈਕ ਨੇ ਧੱਕ ਵੀ ਪੂਰੀ ਪਾ ਰੱਖੀ, ਅੱਜ ਤੱਕ ਪਾ ਰੱਖੀ ਆ, ਸੋ ਗੁੱਡ ਯਾਰ। ਹਾਰਮੋਨੀਅਮ ਨਾਈਸ ਆਇਆ ਪਲੀਜ਼। ਸਪਲੈਂਡਰ ਤੇ ਨਾਲ ਚੰਗੀ ਯਾਰੀ ਹੋ ਗਈ, ਖਾਬਾ ਵਾਲੀ ਰਾਤਾਂ ਸੱਚ ਸਾਰੀ ਹੋ ਗਈ। ਸਪਲੈਂਡਰ ਤੇ ਨਾਲ ਚੰਗੀ ਯਾਰੀ ਹੋ ਗਈ, ਖਾਬਾ ਵਾਲੀ ਰਾਤਾਂ ਸੱਚ ਸਾਰੀ ਹੋ ਗਈ। ਤੁਝ ਤੱਕ ਤਾਰਵਾ ਸਜਣਾ ਔਰ ਹੱਸਦਾ ਰਵਾ ਸਜਣਾ, ਤੁਝ ਤੱਕ ਤਾਰਵਾ ਸਜਣਾ ਔਰ ਹੱਸਦਾ ਰਵਾ ਸਜਣਾ। ਤੁਸ ਦੂਰ ਕਦ ਵੀ ਰਹਿਣਾ ਮੁਝਕੋ ਗਵਾ ਸਜਣਾ, ਸਪਲੈਂਡਰ ਨੂੰ ਲੈ ਕੇ ਸਜਣਾ ਤੇਰੀ ਰਾਹ ਤੱਕ ਤਾਰਵਾ ਸਜਣਾ। ਉਹ ਤੁਸ ਦੂਰ ਕਦ ਵੀ ਰਹਿਣਾ ਨਾ ਮੁਝਕੋ ਗਵਾ ਸਜਣਾ। ਬਾਈ ਦੀ ਵੋਕਲ ਨਾ ਬਾਲੀਵੁੱਡ ਸਟਾਈਲ ਟਰੈਕਸ ਨਹੀਂ ਹੁੰਦੇ ਯਾਰ, ਉਦਾਂ ਦੀ ਵੋਕਲ ਆ ਬੰਦੇ ਦੀ। ਤੇਰੇ ਨਾਲ ਹੀ ਰੋਣਾ ਸੀ ਤੇਰੇ ਨਾਲ ਹੀ ਅਬ ਹੱਸਣਾ, ਸਪਲੈਂਡਰ ਨੂੰ ਲੈ ਕੇ ਸਜਣਾ ਤੇਰੀ ਰਾਹ ਤੱਕ ਤਾਰਵਾ ਸਜਣਾ। ਉਹ ਤੁਸ ਦੂਰ ਕਦ ਵੀ ਰਹਿਣਾ ਨਾ ਮੁਝਕੋ ਗਵਾ ਸਜਣਾ, ਸਪਲੈਂਡਰ ਨੂੰ ਲੈ ਕੇ ਸਜਣਾ ਤੇਰੀ ਰਾਹ ਤੱਕ ਤਾਰਵਾ ਸਜਣਾ। ਯਾਰ ਸੋਹਣਾ ਕੰਮ ਕੀਤਾ, ਗਾਣਾ ਵੀ ਕਾਫੀ ਲੰਬਾ ਹੈ, ਵਧੀਆ ਐਂਡ ਜਿਹਨੂੰ ਕਹਿੰਦੇ ਸਿਦਕ ਨਾਲ ਇੱਕ ਪਿਆਰ ਨਾਲ ਬਹੁਤ ਹੀ ਫਲੋ ਜੇ ਨਾਲ ਇੱਕ ਪੇਸ਼ੈਂਟ ਸਬਰ ਰੱਖ ਕੇ ਬੜਾ ਪਿਆਰਾ ਜਿਹਾ ਇੱਕ ਗੀਤ ਲਿਖਿਆ ਗਿਆ, ਫਿਰ ਉਹਨੂੰ ਬਹੁਤ ਪਿਆਰ ਨਾਲ ਗਾਇਆ ਗਿਆ। ਇਹ ਗਾਣੇ ਵਿੱਚ ਨਾ ਇੱਕ ਦੋ ਚੀਜ਼ਾਂ ਦਾ ਪਿਆਰ ਦਿਖਾਇਆ ਗਿਆ, ਦੇਖੋ ਮੈਂ ਕਹਿੰਦਾ ਇੱਕ ਤਾਂ ਚਲੋ ਕੁੜੀ ਨਾਲ ਪਿਆਰ, ਠੀਕ ਹੈ ਆਪਸ 'ਚ ਕਪਲ ਦਾ ਪਿਆਰ, ਦੂਜਾ ਜਿਹੜਾ ਬਾਈਕ ਨੂੰ ਪਰਟੀਕੁਲਰਲੀ ਮੈਂਸ਼ਨ ਕੀਤਾ ਗਿਆ ਨਾ, ਠੀਕ ਹੈ ਉਹ ਪਹਿਲਾਂ ਮੈਨੂੰ ਇਹ ਲੱਗਿਆ ਸੀ ਸ਼ਾਇਦ ਗਾਣਾ ਬਾਈਕ ਦੇ ਉੱਤੇ ਆ, ਠੀਕ ਆ ਬਾਈਕ ਦੇ ਉੱਤੇ ਗਾਣਾ ਹੈਗਾ, ਬਟ ਉਹ 'ਚ ਇੱਕ ਆਸ਼ਕੀ ਆ ਉਹ ਚੀਜ਼ਾਂ ਵੀ ਹੈਗੀਆਂ ਨੇ, ਅਤੇ ਨਾਈਸ ਯਾਰ। ਮੈਨੂੰ ਪਰਸਨਲੀ ਇੱਦਾਂ ਲੱਗੇ ਸ਼ਾਇਦ ਕੋਈ ਰੈਪ ਸੌਂਗ ਹੋਊਗਾ, ਬਟ ਬਹੁਤ ਡਿਫਰੈਂਟ ਵਾਈਬ ਗਾਈਜ਼, ਤੁਸੀਂ ਬਹੁਤ ਸੋਹਣਾ ਕੰਮ ਕਰ ਰਹੇ ਹੋ, ਅਤੇ ਆਪਣੇ ਪ੍ਰਜਾਪਤੀ ਸਾਹਿਬ ਗੋਬਿੰਦ ਸਾਹਿਬ ਬਹੁਤ ਸੋਹਣੀ ਵੋਕਲ, ਅਖਿਲ ਵੀਰੇ ਬਹੁਤ ਸੋਹਣਾ ਐਕਟ ਕੀਤਾ ਤੁਸੀਂ, ਬਿਲਕੁਲ ਨੈਚੁਰਲ ਵਾਈਬ ਲੱਗੀ, ਠੀਕ ਹੈ ਫੀਮੇਲ ਲੀਡ ਨੇ ਬਹੁਤ ਸੋਹਣਾ ਕੰਮ ਕੀਤਾ, ਲਾਈਕ ਪੂਰਾ ਇੱਦਾਂ ਲੱਗਿਆ ਕਿ ਹਾਂ ਚਲੋ ਮੰਨਦੇ ਹਾਂ ਕਿ ਬਜਟ ਅਕੋਰਡਿੰਗ ਆਪਾਂ ਕਹਿ ਦਿੰਦੇ ਕਿ ਹਾਂ ਨਵੇਂ ਬੰਦੇ ਨੇ ਨਵਾਂ ਕੰਮ ਕੀਤਾ, ਠੀਕ ਆ, ਬਟ ਜਿਸ ਹਿਸਾਬ ਨਾਲ ਉਹਨਾਂ ਨੇ ਕੰਮ ਕੀਤਾ ਨਾ ਫੀਲ ਹੋ ਇੱਦਾਂ ਫੀਲ ਹੋਇਆ ਕਿ ਹਾਂ ਯਾਰ ਉਹ ਬੜੇ ਕਮਿਟਡ ਸੀਗੇ, ਬਹੁਤ ਵਧੀਆ ਤਰੀਕੇ ਨਾਲ ਉਹਨਾਂ ਨੇ ਲਾਈਕ ਵਾਈਬ ਕੀਤਾ ਟਰੈਕ। ਸਤਿ ਸ਼੍ਰੀ ਅਕਾਲ।